स्टेट गवर्नमेंट आ सर इहदे तों वध होर सरकार की कर सकदी है सर? दो महीनों के विच ही जिहड़े गैंग्स ने या गैंग वॉर ने 16 मार्च नूं साडी सरकार बनी, 29 मई नूं इह भाणा वापर गया। सर दो महीनों के विच ही तां पंजाब दे विच गैंगस्टर ते गैंग वॉर नहीं ना शुरू हो गया सर, इह पिछले लंबे समय तों इह चलदा आ रहा सी जिहदे असीं कंडे चुगण लगे हां। और सब तों सर इंपोर्टेंट गल यह है कि जिन्ने इंपोर्टेंट जिहड़े सेंसेशनल मर्डर्स होए, चाहे सिद्धू मूसेवाले की गल कर लईए, चाहे संदीप नंगल अंबिया की गल कर लिए, चाहे प्रदीप प्रेमी की गल कर लिए, सर ये जेडे शूटर सीगे सर वो कितों आए? सोचने वाली गल सर ये है सर वो नाल दिया एक मिनट रंधावा लेट मी कंप्लीट सर वो जेडे जिन्ने शूटर सीगे सर इन्हों चो बहुते सी जेडे जुवेनाइल सीगे 18 साल तो घट उम्र दी सीगे ते नेबरिंग स्टेट्स दे विचों हरियाणा दे विचों आए सर, नाल दे साडे गवांडी सूबे ने जिहड़े ओह गैंगस्टर्स दे ब्रीडिंग ग्राउंड बने पए ने, ਉਹ ਉੱਥੋਂ ਆਉਂਦੇ ਨੇ ਇੱਥੇ ਵਾਰਦਾਤ ਕਰਕੇ ਨਿਕਲ ਜਾਂਦੇ ਨੇ ਸਰ, ਫਿਰ ਵੀ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਬੜੀ ਦਲੇਰੀ ਦੇ ਨਾਲ ਇਹਦੇ ਉੱਪਰ ਕੰਮ ਕੀਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਿਛਲੇ ਸਮਿਆਂ ਦੇ ਵਿੱਚ ਜੋ ਹੋਇਆ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਹੋਏ ਹਾਂ। ਔਰ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਗੈਂਗਸਟਰਸ ਫੜੇ ਗਏ, ਕਿੰਨੇ ਐਲੀਮੀਨੇਟ ਹੋ ਗਏ, ਕਿੰਨਿਆਂ ਦੇ ਚਲਾਨ ਪੇਸ਼ ਹੋ ਗਏ, ਕਿੰਨੇ ਡਰੱਗਸ ਅਸੀਂ ਫੜ ਲਏ ਸਰ। ਇਹ ਜਦੋਂ ਕੈਂਸਰ ਫੈਲ ਜਾਂਦਾ ਨਾ ਜੀ, ਉਹ ਹੌਲੀ ਹੌਲੀ ਫੈਲਣ 'ਚ ਵੀ ਸਮਾਂ ਲੱਗਦਾ ਤੇ ਖਤਮ ਹੋਣ 'ਚ ਵੀ ਸਮਾਂ ਲੱਗਦਾ। ਇਹੋ ਜਿਹੀਆਂ ਗੱਲਾਂ ਵਾਰ ਵਾਰ ਕਰਕੇ ਰੰਧਾਵਾ ਸਾਹਿਬ ਇਹੋ ਜਿਹੀਆਂ ਗੱਲਾਂ ਦੇਖੋ ਵਾਰ ਵਾਰ ਕਰਕੇ ਨਾ ਜੀ ਆਪਾਂ ਸਟੇਟ ਦੇ ਵਿੱਚ ਮਾਹੌਲ ਖਰਾਬ ਕਰਦੇ ਹਾਂ, ਇਨਵੈਸਟਮੈਂਟ ਦਾ ਮਾਹੌਲ ਖਰਾਬ ਕਰਦੇ ਹਾਂ, ਇੱਕ ਡਰ ਦਾ ਮਾਹੌਲ ਪੈਦਾ ਕਰਦੇ ਹਾਂ। ਕਿਰਪਾ ਕਰਕੇ ਜ਼ਿੰਮੇਵਾਰ ਓਪੋਜੀਸ਼ਨ ਹੋਣ ਦੇ ਨਾਤੇ ਇਹੋ ਜਿਹਾ ਕੰਮ ਨਾ ਕਰੋ, ਮੇਰੀ ਤਾਂ ਇਹੀ ਬੇਨਤੀ। ਥੈਂਕ ਯੂ ਬਾਜਵਾ ਜੀ। ਬਾਜਵਾ ਸਾਹਿਬ ਖੜੇ ਜੀ, ਵੇਖੋ ਅਸੀਂ ਇੱਕ ਮਿੰਟ ਜਿਹੜੀ ਗੱਲ ਸੀ ਬੈਠੋ ਰਾਜਾ ਜੀ, ਬਾਜਵਾ ਜੀ ਬੇਸ਼ੇ ਗੱਲ ਹੋਈ ਹੈ ਸਿਕਿਉਰਿਟੀ ਲੈਪਸ ਦੀ, ਲੀਕ ਦੀ। ਤੁਸੀਂ ਕੀ ਕੀਤਾ ਕੀ ਨਹੀਂ ਕੀਤਾ, ਵੀ ਆਰ ਨਾਟ ਕੁਐਸਚਨਿੰਗ ਦੈਟ। ਬੇਸ਼ੇ ਗੱਲ ਇਹ ਹੈ ਕਿ CMO 'ਚ ਮੀਡੀਆ ਐਡਵਾਈਜ਼ਰ ਟੂ ਦ CMO ਸਾਹਿਬ ਬਲਤੇਜ ਸਿੰਘ ਪੰਨੂ ਦਾ ਟਵੀਟ ਹੈ 28/5/22 ਦਾ, ਜਿਹਦੇ ਵਿੱਚ ਉਹ ਕਹਿੰਦੇ ਸੁਖਦੇਵ ਢੀਂਡਸਾ, ਕੁਲਜੀਤ ਸਿੰਘ ਨਾਗਰਾ ਕਬਾ ਚੁੱਕਿਆ ਸਰ। ਨਾ ਨਹੀਂ ਜਵਾਬ ਨਹੀਂ ਦਿੱਤਾ। ਗੱਲ ਉਹ ਹੋ ਰਹੀ ਹੈ ਕਿ ਉਹਦੀ ਲੀਕੇਜ ਤੋਂ ਬਾਅਦ ਜਦੋਂ ਇਹ ਫੇਸਬੁੱਕ ਤੇ CM ਦੇ ਚੜਿਆ, ਉਸ ਤੋਂ ਬਾਅਦ ਗੋਲਡੀ ਬਰਾੜ ਦੀ ਇਨਵੈਸਟੀਗੇਸ਼ਨ ਚ ਆਇਆ, ਉਹਦੇ ਗੱਲ ਕਹੀ ਅਸੀਂ ਆਪਣੇ ਸ਼ੂਟਰਸ ਨੇ ਗੱਲ ਕਹੀ, ਨਾਉ ਇਜ਼ ਦੀ ਟਾਈਮ ਟੂ ਸਟ੍ਰਾਈਕ ਉਦੋਂ ਮਾਰਿਆ ਗਿਆ ਜੀ। ਥੈਂਕ ਯੂ ਰਾਜਾ ਜੀ, ਥੈਂਕ ਯੂ ਬਾਜਵਾ ਜੀ। ਰੰਧਾਵਾ ਸਾਹਿਬ ਰਾਜਾ ਜੀ ਨੂੰ ਦਿੱਤਾ ਸੀ ਟਾਈਮ, ਠੀਕ ਰੰਧਾਵਾ ਜੀ ਹੁਣ ਬੋਲਣਾ ਜੀ। ਆ ਗਈ ਦੀ ਗੱਲ, ਤੁਹਾਡੀ ਗੱਲ ਆ ਗਈ ਬਾਜਵਾ ਸਾਹਿਬ, ਆ ਗਈ ਤੁਹਾਡੀ ਗੱਲ ਰੰਧਾਵਾ ਸਾਹਿਬ, ਠੀਕ ਹੈ ਜੀ ਬਾਜਵਾ ਜੀ। ਸਪੀਕਰ ਸਾਹਿਬ, ਅਮਨ ਜੀ ਇੱਕ ਮਿੰਟ ਅੱਗੇ ਮੰਤਰੀ ਜੀ, ਇਕੱਠਿਆਂ ਦੋਵਾਂ ਦਾ ਇਕੱਠਾ ਹੀ ਜਵਾਬ ਦੇ ਦਿਓ ਮੰਤਰੀ ਜੀ, ਅੱਗੇ ਚੱਲਣ ਦਿਓ ਇੱਕ ਮਿੰਟ ਹੁਣ ਮੈਨੂੰ ਠੀਕ ਹੈ ਜੀ ਤੁਹਾਡੀ ਗੱਲ ਦਾ ਜਵਾਬ ਦਿੰਦੇ ਮੰਤਰੀ ਜੀ ਬੈਠੋ ਹੁਣ ਰੰਧਾਵਾ ਸਾਹਿਬ, ਹੁਣ ਮੰਤਰੀ ਜੀ ਖੜੇ ਹੋ ਗਏ ਮੰਤਰੀ ਜੀ। ਸਪੀਕਰ ਸਾਹਿਬ ਇਸ ਤਰ੍ਹਾਂ ਕਿ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਚ ਅਨਾਊਂਸਰ, ਇਸ ਤਰ੍ਹਾਂ ਹੁੰਦਾ ਕਿ ਜਦੋਂ ਸਿਕਿਉਰਿਟੀ ਮਿਲੇ ਜਾਂ ਸਿਕਿਉਰਿਟੀ ਵਿਦਡਰਾਅ ਹੋਵੇ ਉਹ ਪਬਲਿਕ ਡੋਮੇਨ ਦੇ ਵਿੱਚ ਤਾਂ ਆ ਹੀ ਜਾਣਾ ਹੁੰਦਾ, ਇਹ 'ਚ ਕੋਈ ਲੰਬਾ ਚੌੜਾ ਰਾਕਟ ਸਾਇੰਸ ਨਹੀਂ ਹੈਗਾ। ਇੱਕ ਸੈਕਿੰਡ, ਔਰ ਦੂਜੀ ਗੱਲ ਬਾਜਵਾ ਸਾਹਿਬ ਮੈਨੂੰ ਤਾਂ ਬੋਲ ਲੈਣ ਦਿਓ ਜੀ, ਬਾਜਵਾ ਸਾਹਿਬ ਬੋਲ ਤਾਂ ਲੈਣ ਦਿਓ ਜੀ ਸਰ, ਇੱਕ ਮਿੰਟ ਬੋਲ ਤਾਂ ਲੈਣ ਦਿਓ ਮੰਤਰੀ ਜੀ, ਸਰ ਇੱਕ ਮਿੰਟ ਬੋਲ ਤਾਂ ਲੈਣ ਦਿਓ ਮੰਤਰੀ ਜੀ, ਸਰ ਲੈਟ ਮੀ ਸਪੀਕ ਜੀ, ਸਪੀਕਰ ਸਾਹਿਬ ਨੰਬਰ ਇੱਕ ਸਰ, ਸਪੀਕਰ ਸਾਹਿਬ ਇਸ ਤਰ੍ਹਾਂ ਇੱਕ ਮਿੰਟ ਬਾਜਵਾ ਜੀ, ਇੱਕ ਮਿੰਟ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਨੰਬਰ ਦਾ ਇੱਕ ਥੋੜਾ ਜਿਹਾ ਮਿਸਗਾਈਡ ਕਰ ਰਹੇ ਨੇ, ਉਹ ਸਿਕਿਉਰਿਟੀ ਪੂਰੀ ਵਿਡਰਾਅ ਨਹੀਂ ਹੋਈ ਸੀਗੀ, ਉਹ ਪਾਰਸ਼ਲ, ਕਿਉਂਕਿ ਮੈਨੂੰ ਲੱਗਦਾ ਪਹਿਲਾਂ 4 ਬੰਦੇ ਸੀਗੇ ਔਰ 2 ਬੰਦੇ ਵਿਡਰਾਅ ਸੀ ਸਰ। ਅਗਲੀ ਗੱਲ ਜਿਹੜੇ 2 ਬੰਦੇ ਸੀਗੇ ਸਰ, ਇੱਕ ਮਿੰਟ, ਜਿਹੜੇ 2 ਬੰਦੇ ਉਹਨਾਂ ਕੋਲ ਸੀਗੇ ਉਹ ਕਿਹੜਾ ਸਰ ਉਹ ਲੈ ਕੇ ਗਏ ਸਰ? ਸਿੱਧੂ ਮੂਸੇਵਾਲਾ ਜੀ ਕੋਲ ਸਾਡਾ ਛੋਟਾ ਭਰਾ ਸੀ ਸਰ, ਅਸੀਂ ਵੀ ਉਹਦੇ ਫੈਨ ਆ, ਅਸੀਂ ਵੀ ਉਹਦੇ ਗਾਣਿਆਂ ਦੇ ਫੈਨ ਆ, ਪਰ ਸਵਾਲ ਇਹ ਹੈ ਕਿ ਜਿਹੜੇ 2 ਗਨਮੈਨ ਉਹਨਾਂ ਕੋਲ ਸੀਗੇ ਉਹ ਕਿਹੜਾ ਲੈ ਕੇ ਗਏ? ਉਹਨਾਂ ਕੋਲ ਬੁਲੇਟ ਪਰੂਫ ਗੱਡੀ ਸੀਗੀ, ਉਹ ਕਿਹੜਾ ਲੈ ਕੇ ਗਏ? ਸੋ ਮੇਰੇ ਕਹਿਣ ਦਾ ਮਤਲਬ ਹੈ ਬਿਨਾਂ ਗੱਲ ਦਾ ਤੁਸੀਂ ਸੁਣੋ ਮੇਰੀ ਗੱਲ, ਜੋ ਦੋ ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ
लिसन यू यू आस्क हिज पेरेंट्स ओनली दो गनमैन उन्होंने को उस दिन भी सीगे ਉਹਨਾਂ ਕੋਲ ਉਸ ਦਿਨ ਬੁਲੇਟ ਪ੍ਰੂਫ ਗੱਡੀ ਵੀ ਸੀਗੀ ਉਹ ਤਾਂ ਲੈ ਕੇ ਨਹੀਂ ਗਏ ਸਰ ਠੀਕ ਹੈ ਮਨਜੀ ਬੈਠੋ ਇਹਦਾ ਮਤਲਬ ਇਹ ਹੈ ਕਿ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਹਾਊਸ ਨੂੰ ਗੁੰਮਰਾਹ ਕਰ ਰਹੇ ਨੇ ਬਿਨਾਂ ਗੱਲ ਤੋਂ ਪੰਜਾਬ ਦੇ ਵਿੱਚ ਇਹ ਨਫ਼ਰਤ ਦੇ ਬੀਜ ਬੀਜ ਰਹੇ ਨੇ ਸਰ ਬਿਨਾਂ ਗੱਲ ਤੋਂ ਸਾਰੇ ਨਫ਼ਰਤ ਦੇ ਬੀਜ ਬੀਜ ਰਹੇ ਨੇ ਪੰਜਾਬ ਦੇ ਵਿੱਚ ਤਾਂ ਕੁਝ ਕਹਿਣਾ ਚਾਹੁੰਦੇ ਆ ਤਾਲੀਵਾਲ ਸਾਹਿਬ 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 ਉਹ ਫੈਸਲਾ ਕਰ ਲਓ ਤੁਸੀਂ ਕਿਹਨੇ ਬੋਲਣਾ ਸਾਹਿਬ ਫੈਸਲਾ ਤਾਂ ਕਰ ਲਓ ਫੈਸਲਾ ਕਰ ਲਓ ਮੰਤਰੀ ਜੀ ਉਹ ਸਾਜੀ ਇੱਕ ਮਿੰਟ ਗੱਲ ਸੁਣੋ ਢਾਲੀਵਾਲ ਸਾਹਿਬ ਮੈਂ ਆਪਾਂ ਅੱਗੇ ਚੱਲ ਜੀ ਗੱਲ ਬੋਲ ਰਹੇ ਹਾਂ ਜੀ ਤੁਸੀਂ ਬੈਠੋ ਬੈਠੋ ਹਲੋ ਹਲੋ ਵੀ ਤੁਹਾਨੂੰ ਮੌਕਾ ਮਿਲੂਗਾ ਗੱਲ ਬੋਲੇ ਤੁਹਾਨੂੰ ਮੌਕਾ ਗੱਲ ਬੋਲਦੇ ਗੱਲ ਬੋਲਦੇ ਸਰ ਗੱਲ ਬੋਲਦੇ ਸਰਦਾਰ ਸਰ 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 ਮੇਰੀ ਗੱਲ ਸੁਣੋ ਤੁਸੀਂ ਤੁਹਾਨੂੰ ਮੌਕਾ ਮਿਲੂਗਾ ਬੈਠੋ ਤੁਸੀਂ ਗੱਲ ਬੋਲੇ ਬਾਰ ਬਾਰ ਗੱਲ ਬੋਲੇ ਬੈਠੋ ਬੈਠੋ ਢਾਲੀਵਾਲ ਸਾਹਿਬ ਬੈਠੋ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠੋ ਜੀ ਬੈਠੋ ਬੈਠੋ ਰਾਜਾ ਜੀ ਹਾਂ ਰਾਜਾ ਜੀ ਬੋਲੋ ਬੋਲੋ ਜੀ ਬੋਲੋ ਸਪੀਕਰ ਸਾਹਿਬ ਬੈਠੋ ਜੀ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ ਢਾਲੀਵਾਲ ਸਾਹਿਬ ਬੈਠੋ ਢਾਲੀਵਾਲ ਸਾਹਿਬ ਤੁਸੀਂ ਕਿਰਪਾ ਕਰਕੇ ਬੈਠੋ ਜੀ ਰਾਜਾ ਜੀ ਸਪੀਕਰ ਸਾਹਿਬ ਜਿਹਦੀ ਮੈਂ ਗੱਲ ਕਰ ਰਿਹਾ ਲਾਅ ਐਂਡ ਆਰਡਰ ਦੀ ਹਰ ਵਿਅਕਤੀ ਇਹ ਗੱਲ ਕਹਿੰਦਾ ਹੈ ਕੱਲ ਹੋਲਾ ਮਹੱਲਾ ਸੀਗਾ ਜੀ ਇੱਕ ਵਿਅਕਤੀ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਸ ਬੰਦੇ ਨੂੰ ਕਿਸ ਨਿਰਦਈ ਤਰੀਕੇ ਦੇ ਨਾਲ ਮਾਰਿਆ ਗਿਆ ਤੇ ਮੈਂ ਉਹਦੀ ਮਾਂ ਦੀ ਵੀਡੀਓ ਸੁਣ ਰਿਹਾ ਸੀ ਜੀ ਸਿੱਧੂ ਮੂਸੇਵਾਲਾ ਤਾਂ ਇੱਕ ਸਾਲ ਹੋ ਗਿਆ ਸਰ 19 ਤਰੀਕ ਨੂੰ ਬਰਸੀ ਹੈ ਉਹ ਸਾਡੇ ਭਰਾ ਦੀ ਕੱਲ ਜਿਹੜਾ ਹੋਲਾ ਮਹੱਲਾ ਵਿਖੇ ਹੋਇਆ ਹੁਣ ਤਾਂ 2 ਮਹੀਨੇ ਨਹੀਂ ਹੋਏ ਹੁਣ ਸਾਲ ਹੋ ਗਿਆ ਜਨਾਬ ਔਰ ਮੈਂ ਇਸ ਗੱਲ ਦਾ ਦੋਸ਼ ਨਹੀਂ ਲਾ ਰਿਹਾ ਕਿਸੇ ਤੇ ਵੀ ਸਿੱਧੂ ਮੂਸੇਵਾਲਾ ਤੁਸੀਂ ਮਰਵਾਤਾ ਜਾਂ ਕਿਸੇ ਹੋਰ ਵਿਅਕਤੀ ਤੇ ਲੇਕਿਨ ਮੈਂ ਇੱਕ ਮੈਂ ਗੱਲ ਜਿਹੜੀ ਮੈਂ ਸਪੀਕਰ ਸਾਹਿਬ ਜਿਹੜੀ ਗੱਲ ਕਰ ਰਿਹਾ ਇਹਨਾਂ ਨੇ ਗਿਣਾਤਾ ਯਾਰ ਇੱਕ ਮਿੰਟ ਇਹਨਾਂ ਨੇ ਗਿਣਾਤਾ ਕੀ ਸ਼ਬਦ ਬਾਕਸ ਮੈਂ ਕਿਹਾ ਕਿਸੇ ਨੇ ਮੈਂ ਯਾਰ ਵਾਪਸ ਲੈਣ ਨੂੰ ਮੈਂ ਕੀ ਆਖਿਆ ਤੁਹਾਡੀ ਗੱਲ ਉਹ ਮੈਂ ਇਹ ਨਹੀਂ ਆਖਿਆ ਭਾਈ ਵੀ ਤੂੰ ਮਰਵਾ ਦੇ ਮੈਂ ਨਹੀਂ ਆਖਿਆ ਮੈਂ ਇਹ ਗੱਲ ਆਖਿਆ ਹੀ ਨਹੀਂ ਵੀ ਤੁਸੀਂ ਮਰਵਾ ਦਾ ਮੈਂ ਕਦੋਂ ਆਖਿਆ ਜਨਾਬ ਉਹ ਤੁਹਾਨੂੰ ਸੁਣਦਾ ਨਹੀਂ ਮੈਂ ਨਹੀਂ ਕਿਹਾ ਵੀ ਤੁਸੀਂ ਮਰਵਾ ਦਾ ਚੇਅਰ ਨੂੰ ਐਡਰੈਸ ਕਰੋ ਸਪੀਕਰ ਸਾਹਿਬ ਮੈਂ ਨਹੀਂ ਕਹਿ ਰਿਹਾ ਵੀ ਮੈਂ ਨਹੀਂ ਕਹਿ ਰਿਹਾ ਇੱਕ ਮਿੰਟ ਲਾਅ ਐਂਡ ਆਰਡਰ ਦੀ ਗੱਲ ਹੈ ਜੀ ਮੈਂ ਕੱਲ ਹੋਲੇ ਮਹੱਲੇ ਦੀ ਜਿਹੜੀ ਗੱਲ ਸ਼ਾਰਟ ਰੱਖਿਓ ਦੂਜਾ ਨੇ ਬੋਲਣਾ ਹਾਂ ਸਰ ਫਿਰ ਕੰਪਲੀਟ ਕਰਨ ਦਿਓ ਅੱਧਾ ਘੰਟਾ ਮੈਂ ਤਾਂ ਇੱਕ ਮਿੰਟ 'ਚ ਕੰਪਲੀਟ ਕਰਨੀ ਬੋਲੋ ਕੱਲ ਮੈਂ ਹੋਲੇ ਮਹੱਲੇ ਦੀ ਗੱਲ ਕੀਤੀ ਹੈ ਔਰ ਮੈਂ ਨਹੀਂ ਕਿਸੇ ਤੇ ਦੋਸ਼ ਲਾਉਂਦਾ ਵੀ ਸਿੱਧੂ ਮੂਸੇਵਾਲਾ ਕਿਸੇ ਨੇ ਸਰਕਾਰ ਨੇ ਕੋਈ ਮਰਵਾਤਾ ਜਾਂ ਇਹਨਾਂ ਨੇ ਕਿਸੇ ਨੂੰ ਮਰਵਾਤਾ ਲੇਕਿਨ ਵਾਪਸ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਤੁਹਾਡਾ ਨਾਂ ਨਹੀਂ ਲਿਆ ਰਾਜਾ ਜੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਮੇਰੀ ਬੇਨਤੀ ਹੈ ਕਿਹਨੂੰ ਫੜ ਲਿਆ ਕਿਹਨੂੰ ਨਹੀਂ ਫੜ ਲਿਆ ਇੱਕ ਬੱਚੇ ਦੀ ਮਾਂ ਤੇ ਇੱਕ ਬੱਚੇ ਦਾ ਬਾਪ ਉਹ ਆ ਕੇ ਧਰਨੇ ਤੇ ਬੈਠ ਕੇ ਜਨਾਬ ਉਹ ਇਹ ਮੰਗ ਕਰ ਰਹੇ ਇੱਕ ਬਾਪ ਕਹਿ ਰਿਹਾ ਹਾਲਾਂਕਿ ਕਾਨੂੰਨ ਹੈ ਵੀ ਜਿਹੜੇ ਵਾਰਸ ਜਿਸ ਵਿਅਕਤੀ ਦਾ ਨਾਂ ਲੈਂਦੇ ਹੋਣ ਉਹਨਾਂ ਨੂੰ ਮੁਕੱਦਮੇ 'ਚ ਦਰਜ ਕੀਤਾ ਜਾਵੇ ਤੁਸੀਂ 100 ਹੋਰ ਬੰਦਿਆਂ ਦੇ ਨਾਂ ਲੈ ਲਓ ਪਰਚੇ 500 ਬੰਦੇ ਦੇ ਲੈ ਲਓ ਜੇ ਉਹਦੀ ਮਾਂ ਦੀ ਆਤਮਾ ਤੇ ਪਿਓ ਦੀ ਆਤਮਾ ਥੜਪ ਰਹੀ ਹੈ ਤੇ ਉਹ ਕਹਿ ਰਹੇ ਸਾਨੂੰ ਇਨਸਾਫ ਨਹੀਂ ਮਿਲਿਆ ਹਰ ਵਿਅਕਤੀ ਦਾ ਹੱਕ ਹੈ ਕਿ ਮੈਂ ਬਿਆਨ ਕਰਦਾ ਕਿ ਫਲਾਣੇ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ ਫਿਰ ਰੌਲਾ ਕੀ ਰਹਿ ਗਿਆ ਤੇ ਨਾਮਜ਼ਦ ਕਰ ਦਿਓ ਤੇ ਉਹਨਾਂ ਦੀ ਆਤਮਾ ਨੂੰ ਠੰਡ ਪਾ ਦਿਓ ਠੀਕ ਹੈ ਤੁਹਾਡੀ ਗੱਲ ਆ ਗਈ ਵਿਅਕਤੀ ਦਾ ਮਰਨ ਵਾਲੇ ਦਾ ਆ ਗਈ ਆ ਗਈ ਉਹਦਾ ਜਿਹੜਾ ਗਵਾਹ ਹੁੰਦਾ ਉਹਦੀ ਮਾਂ ਤੇ ਆ ਗਈ ਗੱਲ ਆ ਗਈ ਢਾਲੀਵਾਲ ਸਾਹਿਬ ਪੜ ਦਿਓ ਬੈਠੋ ਹੁਣ ਬੈਠੋ ਤੁਹਾਡੀ ਗੱਲ ਆ ਹੁਣ ਬਹਿ ਵੀ ਜਾਓ ਸਾਥੀ ਹੁਣ ਸੁਣ ਵੀ ਲਓ ਹਾਂਜੀ ਢਾਲੀਵਾਲ ਸਾਹਿਬ ਬੋਲੋ ਮੈਂ ਕਹਿਣਾ ਚਾਹੁੰਦਾ ਸਾਥੀ
ਆਪੀ ਸਰਕਾਰ ਹੁਣ ਯਾਰ ਬਹਿ ਜਾਓ ਤੁਸੀਂ ਬਹਿ ਜਾਓ ਤੁਸੀਂ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਸਾਡੀ ਅਗਰ ਕੋਈ ਮੰਤਰੀ ਜਾਇਦਾਦ ਦੇਣਾ ਚਾਹ ਸਕਦਾ ਇੱਕ ਸਾਲ ਦੇ ਵਿੱਚ ਸਰ ਸਰ ਸਾਡੀ ਸਰਕਾਰ ਦੇ ਸਾਡੀ ਸਰਕਾਰ ਦੇ ਇੱਕ ਸਾਲ ਦੇ ਵਿੱਚ 29 ਬੰਦੇ ਫੜੇ ਦੋ ਦਾ ਐਨਕਾਊਂਟਰ ਕੀਤਾ ਪੰਜ ਨੂੰ ਅਸੀਂ ਲੱਭਦੇ ਸਮਾਂ ਮਿਲ ਗਿਆ ਬਾਜਵਾ ਸਾਹਿਬ ਪ੍ਰਧਾਨ ਜੀ ਬੋਲੇ ਪ੍ਰਧਾਨ ਜੀ ਮੰਤਰੀ ਜੀ ਸੁਣੋ ਉਹ ਮਾਰਾ ਗੱਲ ਤਾਂ ਸੁਣ ਲਓ ਤਾਲੀਆਂ ਸਾਹਿਬ ਇੱਧਰ ਗੱਲ ਤਾਂ ਸੁਣ ਲਓ ਹੁਣ ਕਰ ਲੈਣ ਉਹ ਗੱਲ ਤਾਂ ਸੁਣੋ ਤਾਲੀਆਂ ਸਾਹਿਬ ਕੀ ਤੁਸੀਂ ਗੱਲ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਰਾਜਾ ਜੀ ਸਾਡੇ ਤੁਸੀਂ ਗੱਲ ਸੁਣੋ ਰਾਜਾ ਜੀ ਆਪਣਾ ਸ਼ਹਿਰੀ 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 ਬੈਠੋ ਸ਼ਹਿਰੀ ਬੈਠੋ ਬੈਠੋ ਸ਼ਹਿਰੀ ਬੈਠੋ ਬੈਠੋ ਸ਼ਹਿਰੀ ਬੈਠੋ ਸਾਦੀ ਸਾਦੀ ਐਮਐਲਏ ਸਾਹਿਬ ਬੈਠੋ 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 ਸਾਲ ਸਾਲ ਕੱਲ 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 ਸਿੱਧੂ ਮੂਸੇਵਾਲਾ ਜੀ ਦੇ ਮਾਤਾ ਪਿਤਾ ਨੂੰ ਮਿਲਿਆ ਮਾਨ ਸਾਹਿਬ ਨੇ ਮੈਨੂੰ ਭੇਜਿਆ ਮਾਨ ਸਾਹਿਬ ਨੇ ਕਿਹਾ ਕਿ ਪੂਰਾ ਇਨਸਾਫ ਦੇਵਾਂਗੇ 20 ਤਰੀਕ ਤੋਂ ਬਾਅਦ ਮਾਨ ਸਾਹਿਬ ਦੇ ਨਾਲ ਉਸ ਪਰਿਵਾਰ ਦੀ ਮੀਟਿੰਗ ਹੋਊਗੀ ਅਸੀਂ ਜਦੋਂ ਸਾਰਾ ਕੰਮ ਕਰਦੇ ਹਾਂ ਪ੍ਰਧਾਨ ਜੀ ਕਹਿ ਰਹੇ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਕਹਿੰਦੇ ਜੀ ਉਹ ਮਾਂ ਤੇ ਪਿਓ ਦੀਆਂ ਆਂਦਰਾਂ ਨੂੰ ਸ਼ਾਂਤ ਕਰ ਦਿਓ ਸਰ ਜਵਾਨ ਪੁੱਤ ਮਰਿਆ ਉਹਨਾਂ ਦਾ ਜਵਾਨ ਪੁੱਤ ਮਰਿਆ ਸਰ ਜੀ ਕਾਂਗਰਸ ਦੇ ਅਕਾਲੀਆਂ ਨੇ 80 ਤੋਂ ਬਾਅਦ ਹਜ਼ਾਰਾਂ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ ਸਰ ਹਜ਼ਾਰਾਂ ਲੋਕਾਂ ਦੀ ਸਿਆਸਤ ਕੀਤੀ ਉਹਨਾਂ ਨੇ ਸਰ ਜੀ ਇਹ ਕਹਿਣ ਮੇਰੀ ਗੱਲ ਦਾ ਜਵਾਬ ਦਿਓ ਸਰ ਜੀ ਮੇਰੀ ਗੱਲ ਦਾ ਜਵਾਬ ਦਿਓ ਸਾਦੀ ਜਵਾਬ ਤਾਂ ਦਿਓ ਤੂੰ ਸੁਣੋ ਨਹੀਂ ਸਭ ਤਾਂ ਸੁਣੋ ਨਹੀਂ ਤੁਸੀਂ ਸੁਣੋ ਨਹੀਂ ਅੱਜ ਸੁਣੋ ਨਹੀਂ ਇਹਨਾਂ ਨੂੰ ਸੁਣ ਤਾਂ ਦਿਓ ਉਹ ਕਿੱਥੇ ਚੱਲ ਰਿਹਾ ਨਾ ਉਹ ਸੁਣੋ ਬਾਜਾ ਸਾਹਿਬ ਸੁਣੋ ਇੱਧਰ ਆ ਇੱਧਰ ਆ ਜਿਹੜਾ ਸੁਣੋ ਤੁਹਾਨੂੰ ਸੁਣਾਈਏ ਆ ਜਾਓ ਇੱਧਰ ਮੀਟ ਹੇਅਰ ਗੁਰਮੀਤ ਸਿੰਘ ਮੀਟ ਹੇਅਰ ਬੈਠੇ ਤੁਸੀਂ ਤੁਹਾਡੀ ਗੱਲ ਆ ਗਈ ਬੈਠੋ ਤਾਲੀਓ ਸਾਹਿਬ ਬੈਠੋ ਮੀਤ ਜੀ ਨੂੰ ਬੋਲਣ ਦਿਓ ਮੀਤ ਜੀ ਬੋਲੋ ਤੁਸੀਂ ਨਾਰੇ ਰਿਕਾਰਡ ਨਾ ਕੀਤੇ ਜਾਣ ਜੋ ਵੀ ਕੁਝ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ